ਫਿਰ ਪਿੱਛੇ ਹਟ ਜਾਣਾ। ਉਹ ਮਰ ਵੀ ਜਾਂਦੇ ਨੇ, ਉਹ ਮਰ ਵੀ ਜਾਂਦੇ ਨੇ, ਲਾਣ ਤਾਂ ਦੁਨੀਆ ਪਾਉਂਦੀ ਐ ਪਰ ਸੂਰਮਿਆਂ ਵਾਲੀ ਮੌਤ ਕਿਸੇ ਦੇ ਹਿੱਸੇ ਆਉਂਦੀ ਐ। ਉਹ ਸੂਰਮਿਆਂ ਵਾਲੀ ਮੌਤ ਕਿਸੇ ਦੇ ਹਿੱਸੇ ਆਉਂਦੀ। ਰਿਕਾਰਡ ਹੋ ਰਿਹਾ ਸਭ ਸਭ ਕੌਣ ਕਹੇ ਮਾਂ ਗੁਜਰੀ ਨੂੰ ਨੀ ਲਾਲ ਪਿਆਰੇ ਸੀ, ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਵਾਰੇ ਸੀ। ਕੌਣ ਕਹੇ ਮਾਂ ਗੁਜਰੀ ਨੂੰ ਨੀ ਲਾਲ ਪਿਆਰੇ ਸੀ, ਹੈ ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਵਾਰੇ ਸੀ। ਉਸ ਕੁਰਬਾਨੀ ਸਦਕਾ, ਉਸ ਕੁਰਬਾਨੀ ਸਦਕਾ ਦੁਨੀਆ ਅੱਜ ਵੀ ਜਿਉਂਦੀ ਐ ਪਰ ਸੂਰਮੇ ਵਾਲੀ ਮੌਤ ਕਿਸੇ ਦੇ ਹਿੱਸੇ ਆਉਂਦੀ ਐ। ਸੂਰਮੇ ਵਾਲੀ ਮੌਤ ਕਿਸੇ ਦੇ ਹਿੱਸੇ ਆਉਂਦੀ ਐ। ਵਾਲੇ ਤਾਂ ਸਦਾ ਹੀ ਜਿਉਂਦੇ ਨੇ ਹੋ ਕਰਨ ਕਵੀ ਸ਼ੇਰ ਗੱਲਾਂ ਸ਼ੇਰੀ ਗੀਤ ਬਣਾਉਂਦੇ ਨੇ ਹੋ ਕੰਮ ਦੀ ਖਾਤਰ ਮਰਨ ਵਾਲੇ ਤਾਂ ਸਦਾ ਹੀ ਜਿਉਂਦੇ ਨੇ। ਹੋ ਠੱਤੀ ਵਾਲੇ ਸੁੱਖਿਆ, ਠੱਤੀ ਵਾਲੇ ਸੁੱਖਿਆ ਦੁਨੀਆ ਜਸ ਪਈ ਗਾਉਂਦੀ ਆ ਪਰ ਸੂਰਮਿਆਂ ਵਾਲੀ ਮੌਤ ਕਿਸੇ ਦੇ ਹਿੱਸੇ ਸੂਰਮਿਆਂ ਵਾਲੀ ਮੌਤ ਕਿਸੇ ਦੇ ਹਿੱਸੇ ਆਉਂਦੀ ਪਰ ਸੂਰਮਿਆਂ ਵਾਲੀ ਮੌਤ ਕਿਸੇ ਦੇ ਹਿੱਸੇ ਆਉਂਦੀ ਆ। ਭਾਈ ਜੀ ਨਾਰੇ ਲਾ ਰਹੇ ਆ ਗੁਰਮੀਤ ਮਾਨ ਕੋਟ ਫਤਿਹ ਤੋਂ। ਗੁਰਮੀਤ ਛਿੰਦਾ ਜੀ, ਹਾਂ ਗੁਰਮੀਤ ਛਿੰਦਾ ਜੀ, ਇਹ ਸਟੇਜ ਦੇ ਕਲਾਕਾਰ ਵੀ ਨੇ, ਫਿਲਮਾਂ ਦੇ ਕਲਾਕਾਰ ਵੀ ਨੇ। ਬਹੁਤ ਬਹੁਤ ਧੰਨਵਾਦ ਹੈ ਜੀ, ਜੋਟੀਆਂ ਸਾਹਿਬ ਦੇ ਨਾਲ ਆਈ ਹੈ। ਸੋ ਜੋਧਪੁਰ ਰਵਾਣੇ ਦੀ ਟੀਮ ਪਹੁੰਚ ਚੁੱਕੀ ਹੈ, ਬਿੰਦਰ ਬਲਕਾਰ ਲੈਣ ਬਾਈ ਡਿਪਟੀ ਮੈਂਬਰ ਹੈ, ਹਰਮਾ ਸਰਮਾਣਾ ਜੀ ਹੈ, ਬਹੁਤ ਬਹੁਤ ਸਵਾਗਤ ਹੈ। ਬਾਈ ਬਹਾਦਰ ਫੁੱਲੋ ਤੋਂ ਬਲਵਿੰਦਰ ਤੇ ਨਾਲ ਬਾਈ ਸੀਰਾ ਫੁੱਲੋ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਚੁੱਕੇ ਕਲਾ ਤੋਂ ਬਾਈ 180 ਬੰਦੇ ਲੈ ਕੇ ਪਹੁੰਚੇ ਆ, ਬਹੁਤ ਬਹੁਤ ਸਵਾਗਤ ਹੈ ਬਾਈ। ਚੁੱਕੇ ਵਾਲੇ ਭੋਲੇ ਮਾਨ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਅਮਨਦੀਪ ਹੈ, ਜਗਮੀਤ ਹੈ, ਗੁਰਪ੍ਰਕਾਸ਼ ਹੈ, ਮੱਖੀ ਹੈ, ਬਾਈ ਚੌਣੇ ਤੋਂ ਅਰਸ਼ਦੀਪ ਹੈ, ਬਹੁਤ ਬਹੁਤ ਸਵਾਗਤ।
ਭਾਈ ਜੀ ਗੁਰੂ ਸਰ ਸੈਣੇ ਵਾਲਾ ਤੋਂ ਟੀਮ ਪਹੁੰਚੀ ਹੈ, ਭਾਈ ਮੀਆਂ ਤੋਂ ਵੀ ਖੜੇ ਹੈ, ਕਪਤਨ ਸਿੰਘ ਢਿੱਲੋਂ ਹੈ, ਭਾਈ ਸੰਦੀਪ ਢਿੱਲੋਂ ਹੈ, ਗੁਰੂ ਸਰ ਸੈਣੇ ਵਾਲੇ ਤੋਂ ਬਹੁਤ ਬਹੁਤ ਸਵਾਗਤ। ਪਿੰਡ ਮੀਆਂ ਤੋਂ ਭਾਈ ਰਾਮਾ ਦਾ ਨਾਲ ਹੀ ਹੈ, ਗਾਇਕ ਹੈ ਭਾਈ, ਟੁੱਟ ਗਿਆ ਸਰ ਨਾਲੀ ਨਾਲੀ, ਬਾਈ 62 ਬੰਦੇ ਆਏ, ਇਹਨਾਂ ਨੇ ਵੀ ਗਿਣਤੀ ਕਰਾਤੀ, ਇਹਨਾਂ ਨੇ ਬਹੁਤ ਬਹੁਤ ਗਿਣਤੀ ਦਾ ਬਾਈ, ਅਣਗਿਣਤ ਹੈ ਹੁਣ, ਤੇ ਹੁਣ ਮੈਂ ਨਾਂ ਵੀ ਕੀ ਬੋਲਾਂ ਤੁਹਾਡੇ ਸਾਰਿਆਂ ਦੇ, ਇਸ ਕਰਕੇ ਹੱਥ ਜੋੜ ਕੇ ਮਾਫੀ ਹੈ। ਤੇ ਇੱਕ ਮੈਂ ਸੰਦੀਪ ਕੈਰੀ ਨੂੰ, ਬਾਈ ਗਰਗ ਸਾਹਿਬ ਪਾਣੀ ਦਾ ਇੰਤਜ਼ਾਮ ਕਰਾ ਦਿਓ ਬਾਈ, ਪੱਤਰਕਾਰਾਂ ਵਾਸਤੇ ਵੀ ਪਾਣੀ, ਬਾਈ ਕੁਲਦੀਪ ਪਾਣੀ, ਹਾਂ ਬਾਈ ਆ ਗਿਆ ਆ ਗਿਆ ਆ ਗਿਆ ਆ ਗਿਆ, ਇਹਨਾਂ ਦੀ ਲੰਮੀ ਡਿਊਟੀ ਹੈ, ਕਿਉਂਕਿ ਮਾਨ ਸਾਹਿਬ ਨੇ ਵੀ ਬੋਲਣਾ, ਹੋਰ ਬੁਲਾਰਿਆਂ ਨੇ ਵੀ ਬੋਲਣਾ, ਸਾਡੇ ਚੋਟੀਆ ਸਾਹਿਬ ਵੀ ਆਪਣੀ ਡਿਊਟੀ ਕਰ ਰਹੇ ਆ, ਸੋ ਮੀਡੀਆ ਵਾਲਿਆਂ ਦੀ ਲੰਮੀ ਡਿਊਟੀ ਹੈ ਬਾਈ, ਆਪਣੇ ਸੱਦੇ ਤੇ ਇੱਥੇ ਆਏ ਹੈ, ਸੋ ਇੰਜੀਨੀਅਰ ਅਮਿਤ ਰਤਨ ਜੀ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸੱਦੇ ਤੇ ਇੱਥੇ ਪਹੁੰਚੇ ਹੋ। ਰਮਾਣਾ ਸਾਹਿਬ, ਰਮਾਣਾ ਸਾਹਿਬ, ਮੈਂ ਤੁਹਾਨੂੰ ਦੱਸਦਾ, ਸਾਡੀ ਕਲਾਕਾਰਾਂ ਦਾ ਵੀ ਕੰਪੀਟੀਸ਼ਨ ਹੈ, ਇੱਕ ਦੂਜੇ ਨੂੰ ਫੋਨ ਕਰਦੇ ਵੀ ਦੇਖਦੇ ਆ ਭਾਈ ਮਾਨ ਸਾਹਿਬ ਵਾਸਤੇ ਕਿਹੜਾ ਬੰਦਾ ਫੋਨ ਬੋਲਦਾ। ਪਿੰਡ ਮੀਆਂ ਤੋਂ ਬਾਈ ਹਰਦੀਪ ਜੀ, ਬਹੁਤ ਸਾਰਾ ਮਾਣ, ਬਾਈ ਲਖਵੀਰ ਜੈਸਿੰਘ ਵਾਲਾ ਤੋਂ 500 ਰੁਪਇਆ ਮਾਣ, ਮੇਰਾ ਬਲਾਕ ਪ੍ਰਧਾਨ ਹੈ ਮੇਰਾ ਵੀਰ, ਆਮ ਆਦਮੀ ਪਾਰਟੀ ਦਾ, ਔਰ ਰਾਮਾ ਬਬੀਹਾ ਔਰ ਗੁਰਪ੍ਰੀਤ ਬੀਹਾ, ਗੁਰਪ੍ਰੀਤ ਜੀ, ਗੁਰਮੀਤ ਮੈਂਬਰ, ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ। ਪਥਰਾਲੀ ਦੀ ਟੀਮ ਹੈ ਬਾਈ ਤਰਸੇਮ ਪਥਰਾਲਾ, ਸਾਡੇ ਹਰਦੀਪ ਸਿੰਘ ਐਡਵੋਕੇਟ, ਬਾਈ ਸੁਖਜਿੰਦਰ ਸਿੰਘ ਜਿਹੜਾ ਸਰਕਲ ਪ੍ਰਧਾਨ ਨੇ, ਗੁਰਜੰਟ ਸਿੰਘ, ਬਲਵੀਰ ਸਿੰਘ ਹੈ, ਬਾਈ ਸਰਬਜੀਤ ਸਿੰਘ ਹੈ, ਸ਼ਮਿੰਦਰ ਸਿੰਘ ਹੈ, 3 ਬੱਸਾਂ ਲੈ ਕੇ ਆਏ ਆ ਪਥਰਾਲੇ ਤੋਂ, ਤੇ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ ਸਾਰਾ ਪਥਰਾਲਾ ਪਿੰਡ, ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ। ਗੁਰੂ ਸਰ ਸੈਣੇ ਵਾਲੇ ਤੋਂ 100 ਬੰਦੇ, ਜਿਹੜਾ 100 ਮੈਂਬਰ ਪਹੁੰਚਿਆ ਹੈ, ਬੂਥ ਇੰਚਾਰਜ ਹੈ ਬਾਈ ਕਮਲ ਧਵਾਨ ਹੈ, ਵਿੱਕੀ ਢਿੱਲੋਂ ਹੈ, ਪੰਚਾਇਤ ਮੈਂਬਰ ਵੀ ਹੈ ਸੰਦੀਪ ਢਿੱਲੋਂ, ਸਾਡਾ ਭਰਾ ਹੁਕਮ ਢਿੱਲੋਂ ਹੈ ਬਾਈ, ਕਿਸਾਨੀ ਅੰਦੋਲਨ ਦੇ ਵਿੱਚ ਵੱਡਾ ਰੋਲ ਹੈ ਇਹਨਾਂ ਦਾ, ਪੱਪੀ ਢਿੱਲੋਂ, ਸੁਖਦੇਵ ਹੈ ਬਾਈ, ਦਰਸ਼ਨ ਸਿੰਘ ਜੀ ਅੰਕਲ, ਸਾਡੇ ਗੁਰਮੀਤ ਸਮਾਗ, ਬਹੁਤ ਬਹੁਤ ਸਵਾਗਤ ਹੈ। ਸੁਖਜੀਤ ਸਿੰਘ ਨੰਬਰਦਾਰ ਸਾਹਿਬ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਬਹੁਤ ਰੀੜ ਦੀ ਹੱਡੀ ਨੇ ਆਮ ਆਦਮੀ ਪਾਰਟੀ ਦੀ, ਬਹੁਤ ਬਹੁਤ ਸਵਾਗਤ ਹੈ ਜੀ। ਸੁਖਜੀਤ ਸਿੰਘ ਨੰਬਰਦਾਰ ਬਾਈ ਸੇਠੀ ਜੱਸੀ ਹੈ, ਬਹੁਤ ਵੱਡੀ ਟੀਮ ਹੈ, ਜੱਸੀ ਬਾਗਵਾਲੀ ਤੋਂ ਸਾਰੇ ਪਹੁੰਚੇ ਹੈ ਬਾਈ, ਬਹੁਤ ਬਹੁਤ ਸਵਾਗਤ ਹੈ। ਹੁਣ ਮੈਥੋਂ ਨਾਂ ਨਹੀਂ ਬੋਲੇ ਜਾਣੇ ਕਿਉਂਕਿ ਨਾਂ ਅਣਗਿਣਤ ਹੋ ਗਏ ਹੈ, ਸੋ ਬੁਲਾਰਿਆਂ ਨੇ ਵੀ ਬੋਲਣਾ ਹੈ, ਸੋ ਪਾਣੀ ਜਿਹੜਾ ਪਹੁੰਚਦਾ ਕੀਤਾ, ਬਹੁਤ ਬਹੁਤ ਧੰਨਵਾਦ ਹੈ ਜੀ। ਰੇਸ਼ਮ ਸਾਡੇ ਸੋਸ਼ਲ ਮੀਡੀਆ ਦਾ ਇੰਚਾਰਜ ਹੈ ਹਲਕਾ ਦਿਹਾਤੀ ਦਾ, ਉਹ ਵੀ ਆਪਣੀ ਡਿਊਟੀ ਕਰ ਰਿਹਾ ਹੈ, ਬਹੁਤ ਬਹੁਤ ਧੰਨਵਾਦ ਹੈਗਾ ਬਾਈ। ਕੁਲਦੀਪ ਹੈ ਗੁਲਾਬਗੜ੍ਹ ਤੋਂ, ਬਹੁਤ ਬਹੁਤ ਧੰਨਵਾਦ ਹੈ। ਸੋ ਬਾਈ ਸਾਡੇ ਭਾਰਤੀ ਸਾਹਿਬ ਹੈ ਸੋਨੀ ਕੋਟਪੱਤਾ ਸਾਹਿਬ, ਮੈਂ ਇਹਨਾਂ ਨੂੰ ਮਾਇਕ ਦਿਊਂਗਾ, ਸਾਡੀ ਕੰਪੇਨ ਟੀਮ ਦੇ ਜਿਹੜੇ ਚ ਸਾਡੇ ਕੰਪੇਨ ਮੈਨੇਜਰ ਨੇ ਬਾਈ ਸੰਦੀਪ ਢਿੱਲੋਂ, ਕੋਟਪੱਤਾ ਸਾਹਿਬ, ਆ ਸਾਰੀ ਮੈਨੇਜਮੈਂਟ ਉਹਨਾਂ ਦੀ ਕੀਤੀ ਹੋਈ ਹੈ, ਸੋ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਇੱਕ ਨਵਾਂ ਪੰਜਾਬ ਨਵਾਂ ਇਨਕਲਾਬ ਲੈਣ ਦੇ ਲਈ, ਲਿਆਉਣ ਦੇ ਲਈ ਆਪਣੀ ਦਿਨ ਰਾਤ ਮਿਹਨਤ ਕਰ ਰਹੇ ਹੈ, ਇੱਕ ਬਦਲਾਅ ਦੇ ਲਈ ਤੁਸੀਂ ਸਾਰੇ ਇੱਥੇ ਚੱਲ ਕੇ ਆਏ ਹੋ, ਸੋ 20 ਤਰੀਕ ਨੂੰ ਆਪਾਂ ਜਿਹੜੀ ਵੱਡੀ ਡਿਊਟੀ ਨਿਭਾਉਣੀ ਹੈ, ਘਰ ਘਰ ਪਹੁੰਚ ਕੇ ਆਪਾਂ ਵੋਟਰਾਂ ਨੂੰ ਬੇਨਤੀ ਕਰਨੀ ਹੈ ਕਿ ਇਸ ਵਾਰ ਜਿਹੜੀ ਮੋਹਰ ਹੈ ਉਹ ਝਾੜੂ ਤੇ ਲਾਉਣੀ ਹੈ, ਕਿਉਂਕਿ ਬਠਿੰਡਾ ਦਿਹਾਤੀ ਹਲਕੇ ਦੀ ਲੀਡ ਸਭ ਤੋਂ ਵੱਡੀ ਆਪਾਂ ਮਾਲਵੇ ਚੋਂ ਕੱਢ ਕੇ ਦੇਣੀ ਹੈ, ਇਹ ਤੁਹਾਡੇ ਅੱਜ ਦੇ ਹੁੰਗਾਰੇ ਨੇ, ਬਾਕੀ ਮੋਹਰ ਲਾ ਦਿੱਤੀ ਹੈ, ਸੋ ਤੁਹਾਡਾ ਫਿਰ ਮੈਂ ਇੰਜੀਨੀਅਰ ਅਮਿਤ ਰਤਨ ਕੋਟਪੱਤਾ ਸਾਹਿਬ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ।
ਥੈਂਕ ਯੂ ਥੈਂਕ ਯੂ ਭਾਈ ਜੀ ਬੇਨਤੀ ਹੈ ਜਿਹਨੇ ਪਾਣੀ ਪੀਣਾ ਉਹਦੇ ਟੈਂਕੀਆਂ ਖੜਨੀਆਂ ਉੱਥੋਂ ਪਾਣੀ ਪੀ ਸਕਦੇ ਆ ਤੇ ਨਾਲੇ ਭਾਈ ਇੱਧਰ ਰਸਤਾ ਛੱਡੋ ਕਿਉਂਕਿ ਪ੍ਰਬੰਧਕਾਂ ਨੂੰ ਬੇਨਤੀ ਹੈ ਇੱਧਰ ਰਸਤਾ ਕਦੋਂ ਕਮਾਨ ਸਾਹਿਬ ਆਉਣਗੇ ਤਾਂ ਰਸਤਾ ਬਣਾ ਲਓ ਤੇ ਆ ਜਾਓ ਹਾਂਜੀ ਹਾਂਜੀ ਸਰ ਪਲੀਜ਼ ਮੈਨੂੰ ਉਮੀਦ ਨੀ ਸੀ ਇੰਨਾ ਇਕੱਠ ਹੋ ਜੂ ਮੈਂ ਸੀ ਵੀ ਉਧਰ ਕੈਪਟਨ ਨੇ ਘਰ ਘਰ ਨੌਕਰੀ ਦੇ ਦਿੱਤੀ ਮੈਨੂੰ ਲੱਗਦਾ ਹੋਣਾ ਹੀ ਨੀ ਕੋਈ ਵੀ ਡਿਊਟੀ ਗਏ ਹੋਣੇ ਮੈਂ ਡਿਊਟੀ ਗਏ ਹੋਣੇ ਆ ਬੰਦੇ ਪਰ ਕਹਿੰਦੇ ਉਧਰ ਰਾਮਪੁਰੇ ਬਾਈ ਜੀ ਸਟੇਜ ਤੇ ਨਹੀਂ ਚੜ੍ਹਨ ਦਿੱਤਾ ਮਾਨ ਸਾਹਿਬ ਨੂੰ ਇੰਨਾ ਇਕੱਠ ਹੋ ਗਿਆ ਗੱਡੀ ਜੀ ਬੋਲ ਕੇ ਗਏ ਆ ਤੇ ਮੌੜ ਮੰਡੀ ਮੈਂ ਹੁਣੀ ਵੀਡੀਓ ਵੇਖ ਕੇ ਅੱਡਿਆ ਸੀ ਪੰਜ ਕੁ ਮਿੰਟ ਪਹਿਲਾਂ ਸਾਰਾ ਚੋਕ ਕਰਤਾ ਮੌੜ ਇੱਕ ਨਾਰਾ ਲਾ ਦੋ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਉਹ ਪਿਛਲੇ ਨਹੀਂ ਬੋਲੇ ਭਗਵੰਤ ਮਾਨ ਵਾਹ ਜੀ ਵਾਹ ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲੈ ਜਾਣਾ ਏ ਤੁਹਾਡੀ ਇੱਕ ਗਲਤੀ ਦੇ ਨਾਲ ਪੁੱਛਣਾ ਬਸ ਪੈ ਜਾਣਾ ਏ ਉਧਰ ਨਾ ਜਾਓ ਜਿੱਧਰ ਝੰਡੇ ਬੰਦ ਹਿਲਦੇ ਨੇ ਪਿਸਟਲ ਤਾਂ ਮਿਲ ਵਿਚਾਰੋ ਪਰ ਭਗਵੰਤ ਮਾਨ ਵਰਗੇ ਜਿਗਰੇ ਨਾ ਮਿਲਦੇ ਨੇ ਭਗਵੰਤ ਮਾਨ ਵਾਹ ਜੀ ਵਾਹ ਬਹੁਤ ਠੀਕ ਠੀਕ ਪਤਾ ਹੀ ਨਹੀਂ ਕਿੰਨੇ ਕਦੇ ਪਕੌੜੇ ਲੱਗ ਜਾਣ ਤੇ ਆਪਣੇ ਬੰਗਵਾ ਆਪਣੇ ਡਾਡਾ ਜੇ ਤਾਂ ਇਦੋਂ ਅੱਧਾ ਹੀ ਇਕੱਠ ਕਰਨਾ ਹੋਵੇ ਇੱਕ ਵਾਰੀ ਆਪੋ ਆਪਣੇ ਡਾਡੇ ਦਾੜੀ ਲਾ ਦਿਓ ਯਾਰ ਪੰਜਾਬ ਬਦਲਾ ਦੇ ਵੱਲ ਅੱਜ ਵੇਖਦੇ ਆ ਬਾਈ ਜੀ ਕਿਵੇਂ ਇਲਾਜ ਕੰਨੀਓ ਪੰਜਾਬ ਤੜਫ ਰਿਹਾ ਸਾਡੇ ਐਨ ਆਰ ਆਈ ਭਰਾ ਸੀ ਸੰਸਥਾ ਬਣਾਈ ਹੋਈ ਹੈ ਰੋਜ਼ ਪੰਜ ਚਾਰ ਫੋਨ ਆਉਂਦੇ ਆ ਕਿਉਂਕਿ ਤੁਹਾਨੂੰ ਪਤਾ ਮਨੁੱਖ ਦਾ ਸਰੀਰ ਇੱਕ ਮਸ਼ੀਨ ਆ ਪਤਾ ਨੀ ਕਿਹੜਾ ਪੁਰਜਾ ਖੜ ਜੇ ਤੇ ਰੋਜ਼ ਫੋਨ ਕਰਦੇ ਆ ਬਾਈ ਜੀ ਆਹ ਪ੍ਰੋਬਲਮ ਪੈ ਗਈ ਹੁਣ ਦੱਸੋ ਕਿਹੜੇ ਹਸਪਤਾਲ ਚਲੇ ਜਾਈਏ ਫਿਰ ਕਿਹੜੇ ਚ ਦੱਸੀਏ ਉਹ ਬਠਿੰਡਿਆ ਸਰਕਾਰੀ ਹਸਪਤਾਲ ਨਾ ਹੀ ਉੱਥੇ ਹੱਟ ਦਾ ਆਪਰੇਸ਼ਨ ਹੁੰਦਾ ਨਾ ਹੀ ਸਪੈਸ਼ਲਿਸਟ ਪੇਟ ਦਾ ਉੱਥੇ ਨਾ ਹੀ ਦਿਮਾਗ ਦਾ ਸਪੈਸ਼ਲਿਸਟ ਹੈ ਤੇ ਫਿਰ ਕਿਹੜੇ ਚ ਭੇਜੀਏ 70 ਸਾਲ ਤਾਂ ਇਹਨਾਂ ਨੇ ਰਾਜ ਕੀਤਾ ਪਰ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਇਹ ਵਾਅਦਾ ਕੀਤਾ ਵੀ ਸਿਹਤ ਸਹੂਲਤਾਂ ਪਹਿਲ ਦੇ ਆਧਾਰ ਤੇ ਮਿਲਣਗੀਆਂ ਇਸੇ ਸੋਚ ਕਰਕੇ ਬਾਈ ਆਪਾਂ ਸਾਰੇ ਤੁਰੇ ਫਿਰਦੇ ਹਾਂ ਜੇ ਇਹਨਾਂ ਨੇ ਨਾ ਕੀਤਾ ਤਾਂ ਇਹਨਾਂ ਨੂੰ ਵੀ ਲਾ ਲੈਣਗੇ ਆਪਣੇ ਕੋਈ ਨੇੜੇ ਨਹੀਂ ਲੱਗਦਾ ਪਰ ਇੱਕ ਮੌਕਾ ਕਿਹਨੂੰ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਸੋ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਇਸੇ ਤਰ੍ਹਾਂ ਹਾਜ਼ਰੀ ਲਵਾਉਂਦੇ ਰਵਾਂਗੇ ਮਾਨ ਸਾਹਿਬ ਮੇਰੇ ਖਿਆਲ ਦੇ ਵਿੱਚ ਮੌੜ ਤੋਂ ਚੱਲ ਪਏ ਫਿਰ ਤਲਵੰਡੀ ਤੇ ਅੱਧੇ ਪੌਣੇ ਘੰਟੇ ਦਾ ਸ਼ਡਿਊਲ ਹੈ ਕਿ ਮੈਂ ਦੋ ਗੱਲਾਂ ਹੋਰ ਸਾਂਝੀਆਂ ਕਰਨੀਆਂ ਫਿਰ ਬਠਿੰਡੇ ਜਾਣਾ ਇਸੇ ਤਰ੍ਹਾਂ ਜਿੰਨਾ ਕੋਲੇ ਸਮਾਂ ਹੋਇਆ ਸਾਧਨ ਹੋਏ ਬਠਿੰਡੇ ਵੀ ਆਪਾਂ ਨੂੰ ਚੋਕ ਕਰਨਾ ਧੱਕ ਪਾਉਣੀਆਂ ਤੇ 17 ਤਰੀਕ ਨੂੰ ਇੱਕ ਆਪਣੀ ਰੈਲੀ ਹੈ ਕੋਟ ਫਤਿਹ ਤੋਂ ਸ਼ੁਰੂ ਹੋਊਗੀ 8 ਵਜੇ ਉੱਥੇ ਵੱਧ ਤੋਂ ਵੱਧ ਮੋਟਰਸਾਈਕਲ ਤੇ ਗੱਡੀਆਂ ਤੇ ਲੈ ਕੇ ਆਉਣਾ ਤੁਸੀਂ ਸੋ 17 ਤਰੀਕ ਨੂੰ ਠੀਕ 8 ਵਜੇ ਕੋਟ ਫਤਿਹ ਤੋਂ ਸ਼ੁਰੂ ਹੋ ਕੇ ਸਾਰੇ ਦਿਹਾਤੀ ਹਲਕੇ ਦੇ ਵਿੱਚ ਆਪਾਂ ਜਾਣਾ ਸੋ ਅਗਲੀ ਗੱਲ ਬਾਈ ਸੁਖਜਿੰਦਰ ਜੀ ਕਿਉਂਕਿ ਸਾਡੇ ਭਗਵੰਤ ਮਾਨ ਸਾਹਿਬ ਮੌੜ ਪਹੁੰਚਣ ਵਾਲੇ ਆ ਤੇ ਉਸ ਤੋਂ ਬਾਅਦ ਫਿਰ ਸਿੱਧਾ ਆਪਣੇ ਕੋਲੇ ਆਉਣਾ ਸੋ ਸਮਾਂ ਬਹੁਤ ਘੱਟ ਹੈ ਮੈਂ ਚੋਟੀਆ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆਪਣਾ ਜਾਂਦੀ ਵਾਰ ਦਾ ਜਿਹੜਾ ਸੁਨੇਹਾ ਜਿਹੜਾ ਗੀਤ ਹੈ ਉਹ ਲੈ ਕੇ ਤੇ ਉਸ ਤੋਂ ਬਾਅਦ ਫਿਰ ਬੁਲਾਰੇ ਆਪਣੇ ਕਾਫੀ ਤਾਦਾਦ ਦੇ ਵਿੱਚ ਨੇ ਕਿਉਂਕਿ ਆਪਣੀ ਪੋਲਸੀਆਂ ਵੀ ਦੱਸਣੀਆਂ ਤੁਹਾਨੂੰ ਆਪਣੀ ਜਿਹੜੀ ਪਾਰਟੀ ਦੀ ਆਈਡੀਓਲੋਜੀ ਹੈ ਪਾਰਟੀ ਦਾ ਜਿਹੜਾ ਰੋਡ ਮੈਪ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਚਾਨਣਾ ਪਾਉਣਾ ਤਾਂ ਕਿ ਆਪਾਂ ਅੱਗੇ ਵੋਟਰਾਂ ਨੂੰ ਜਾਗਰੂਕ ਕਰ ਸਕੀਏ ਸੋ ਹੁਣ ਚੋਟੀਆ ਸਾਹਿਬ
ਥੈਂਕ ਯੂ। ਸਟੇਜ ਤੇ ਸ਼ੋਭਤ ਸਮੁੱਚੀ ਲੀਡਰਸ਼ਿਪ, ਐਡਵੋਕੇਟ ਗੁਰਕੁਮਾਰ ਚਹਿਲ ਅਤੇ ਉਹਨਾਂ ਦੇ ਬੇਟਾ ਅਰਸ਼ਦੀਪ ਚਹਿਲ ਐਡਵੋਕੇਟ ਸਾਹਿਬ ਔਰ ਹਰਮੰਦਰ ਸਿੰਘ ਜੀ ਬਰਾੜ ਸਾਹਿਬ, ਬਲਾਕ ਆਫੀਸਰ ਸਟੇਟ ਦੇ ਪ੍ਰਧਾਨ ਨੇ, ਉਹ ਵੀ ਸਟੇਜ ਤੇ ਪਹੁੰਚ ਚੁੱਕੇ ਨੇ, ਬਹੁਤ ਧੰਨਵਾਦ ਜੀ। ਤੇ ਅਗਲੀ ਗੱਲ, ਅਗਲਾ ਗੀਤ ਤੁਹਾਡੀ ਸੇਵਾ ਚ, ਔਰ ਬਾਈ ਕਾਲਾ ਜੀ ਵੀ ਆ, ਉਹ ਵੀ ਮਾਨ ਕਰਕੇ ਇੱਕੋ ਗੀਤ ਕਹਿ ਕੇ ਮੈਂ ਖਿਮਾ ਚਾਹੂੰਗਾ, ਕਿਉਂਕਿ ਬਲਾਰਾ ਨੇ ਬੋਲਣਾ, ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ। ਇੱਕ ਹੋਰ ਬਹੁਤ ਹੀ ਸੁਲਝੀ ਹੋਈ ਕੁੜੀ, ਬਹੁਤ ਹੀ ਮਿਹਨਤੀ ਕੁੜੀ ਸਾਡੀ ਕਿੰਦਰ ਭੈਣ, ਥੈਂਕ ਯੂ ਕਿੰਦਰਪਾਲ ਕੌਰ ਵਿਰਕਾ ਐਂਡ ਪਾਰਟੀਆਂ, ਥੈਂਕ ਯੂ। ਓਕੇ, ਵਕਤ ਦੇ ਜੁੰਡੇ ਅੱਗੇ ਆ, ਪਿੱਛੋਂ ਕੰਜਰ ਦਾ ਗੰਜਾ, ਫੇਰ ਹੱਥ ਨਹੀਂ ਆਉਂਦਾ, ਅੱਗੋ ਹੀ ਫੜ ਲਓ ਮੌਕਾ ਹੈ ਹੁਣ।
ਚਰਚਾ ਪਿੰਡ ਵਿੱਚ ਕਰਾਉਣੀ, ਤੀਵੀਂ ਦੀ ਹਿੰਡ ਪਗਾਉਣੀ, ਆਪਣੀ ਜਿੰਦ ਤਲੀ ਟਕਾਉਣੀ, ਬਹੁਤਾ ਚਿਰ ਜਿਉਂਦਾ ਨੀ, ਇੱਕ ਵਾਰੀ ਲੰਘਿਆ ਵੇਲਾ, ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਂਦਾ ਨੀ, ਇੱਕ ਵਾਰੀ ਲੰਘਿਆ ਵੇਲਾ। ਇੰਨੀਆਂ ਹਾਜ਼ਰੀਆਂ ਕਬੂਲ ਕਰਿਓ, ਅਗਲਾ ਪ੍ਰੋਗਰਾਮ ਪ੍ਰਬੰਧਕਾਂ ਕੋਲ, ਤੇ ਮੈਂ ਇੱਥੇ ਹੀ ਹਾਂ, ਜੇ ਲੋੜ ਪਈ ਫਿਰ ਬੈਠਾ ਖੜਾ ਹੋ ਜਾਊਂਗਾ।